ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦੇ ਤਹਿਸੀਲ ਸਰਦੂਲਗੜ੍ਹ ਬਲਾਕ ਚੁਨੀਰ ਦੇ ਪਿੰਡ ਰਾਏਪੁਰ ਵਿੱਚ ਸਰਪੰਚਾਂ ਦੁਆਰਾ ਵਿਕਾਸ ਕਾਰਜ ਪੂਰੇ ਜ਼ੋਰਾਂ 'ਤੇ ਚਲਾਇਆ ਜਾ ਰਿਹਾ ਹੈ। ਵੱਡਾ ਪਿੰਡ ਹੋਣ ਕਰਕੇ ਇਸ ਪਿੰਡ ਦੇ 2 ਸਰਪੰਚ ਹਨ ਅਤੇ ਦੋਵੇਂ ਸਰਪੰਚ ਬੜੀ ਸ਼ਿੱਦਤ ਦੇ ਨਾਲ ਪਿੰਡ ਦੀ ਨੁਹਾਰ ਬਦਲ ਰਹੇ ਨੇ ਅਤੇ ਪਿੰਡ ਵਾਸੀਆਂ ਵੱਲੋਂ ਵੀ ਉਹਨਾਂ ਦਾ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਗੁਰਵਿੰਦਰ ਸਿੰਘ ਪੰਮੀ ਨੇ ਕੀ ਕਿਹਾ, ਆਓ ਦੇਖਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਜਿਹੜਾ ਕੰਮ ਚੱਲ ਰਿਹਾ ਆਪਣੇ ਪਲੇਗਰਾਊਂਡ ਦਾ ਪਿੰਡ ਲੈਪਰ ਵਿੱਚ, ਸਾਡੇ ਦੋਨਾਂ ਸਰਪੰਚਾਂ ਵੱਲੋਂ ਸਾਰੇ ਲੋਕਾਂ ਦਾ ਅਤੇ ਨਗਰ ਸਹਿਯੋਗ ਨਾਲ ਅੱਜ ਪਲੇਗਰਾਊਂਡ ਵਾਸਤੇ ਬਣਾਈ ਜਾ ਰਹੀ ਹੈ, ਜੋ ਕਿ ਦੋਵੇਂ ਸਕੂਲਾਂ ਦੇ ਵਿਚਕਾਰ ਹੈ ਗਰਾਊਂਡ। ਇਹਦੇ ਵਧੀਆ ਦੇਖ ਕੇ ਆਪਾਂ ਇੱਥੇ ਟਰੈਕ ਵਗੈਰਾ ਅਤੇ ਸਾਰੇ ਗਰਾਊਂਡ ਵਗੈਰਾ ਇਹਦੇ ਬਣਾਉਂਦੇ, ਜੋ ਕਿ ਨੌਜਵਾਨ ਅੱਜ ਕੱਲ੍ਹ ਅਸੀਂ ਚੱਲ ਦਾ ਚਿੱਤਰ ਧਸੀ ਜਾਂਦੇ ਨੇ, ਕੁਛ ਨਾ ਕੁਛ ਇਸ ਤੋਂ ਪ੍ਰੇਰਿਤ ਹੋ ਕੇ ਨੌਜਵਾਨ ਆ ਖੇਡਣਾ ਓਪਨ ਗੇਮ ਵਗੈਰਾ ਜੋ ਸਾਰਾ ਸਿਸਟਮ ਇਸ ਵਿੱਚ ਸਫਲ ਆਵਾਂਗੇ। ਸਾਰੇ ਨਗਰ ਦਾ ਬਹੁਤ ਵਧੀਆ ਸਹਿਯੋਗ ਹੈ, ਤਾਂ ਕਰਕੇ ਇਹ ਕੰਮ ਵਧੀਆ। ਹਾਂਜੀ, ਦੋਨੇ ਸਰਪੰਚਾਂ ਦਾ ਜੀ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਪਹਿਲਾਂ ਗਲੀਆਂ ਦਾ ਸਾਰੀਆਂ ਦਾ ਇੰਟਰਲੋਕ ਕੀਤੀਆਂ ਅਤੇ ਹੁਣ ਪਿੰਡ ਦੇ ਦੋਨੇ ਸਕੂਲਾਂ ਵਾਸਤੇ, ਇੱਧਰ ਪ੍ਰਾਇਮਰੀ ਸਕੂਲ ਹੈ ਉੱਧਰ ਹਾਈ ਸਕੂਲ ਹੈ, ਦੋਨੇ ਬੱਚੇ ਤਾਂ ਜੋ ਖੇਡਾਂ ਹੁੰਦੀਆਂ ਬੱਚਿਆਂ ਦੀਆਂ ਉਹ ਵੀ ਇੱਥੇ ਇਹਨੂੰ ਵਰਤ ਸਕਣ ਅਤੇ ਪਿੰਡ ਦੇ ਨੌਜਵਾਨ ਜੋ ਨਸ਼ਿਆਂ ਵਿੱਚ ਜੁੜ ਰਹੇ ਹੈ ਉਹ ਵੀ ਇੱਥੇ ਗਰਾਊਂਡ 'ਚ ਆ ਕੇ ਆਪਣੀ ਮਿਹਨਤ ਕਰਿਆ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ। ਅਤੇ ਜਿਹੋ ਜਿਹੀ ਪੰਚਾਇਤ ਦੀ ਸਾਨੂੰ ਪਿੰਡ ਵਾਸੀਆਂ ਨੂੰ ਲੋੜ ਸੀ, ਸਾਨੂੰ ਉਹੋ ਜਿਹੀ ਪੰਚਾਇਤ ਮਿਲੀ ਹੈ। ਅਸੀਂ ਦੋਨਾਂ ਸਰਪੰਚਾਂ ਦਾ ਸਮੂਹ ਨਗਰ ਨਿਵਾਸੀਆਂ ਵੱਲੋਂ ਸਹਿਤ ਨੂੰ ਧੰਨਵਾਦ ਕਰਦੇ ਹਾਂ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਤੇ ਇਹ ਸਾਨੂੰ ਸਲਾਮਾਂ ਇਸੇ ਤਰ੍ਹਾਂ ਦਿੰਦੇ ਰਹਿਣਗੇ। ਧੰਨਵਾਦ।